हांडू साहब दास मेरी सारी लीगल टीम जिन्होंने अपना पक्ष रखिया और अखीर च सच्चाई की वड्डी जित होई हुई। देखो मैं ना आराम नाल थोड़े नाल संबोधन होऊंगा, गल्लां बड़ियां ने करन वालियां ने, मगर इस तरीके की नीवे पद्धर की सियासत, घटिया सियासत, शायद तुसी रिलाइज नहीं करते जो मेरे बच्चियां नू, जो मेरे परिवार नू, मेरे 80 साल की माता नू, मेरे 85 साल के बुजुर्गों नू, मेरे वाइफ नू, जो कुछ इन्हां दिनां च झलना पिया शायद तुसी अंदाजा नहीं ला सकते इन्हां गल्लां दा। जो कुछ मेरे बच्चियां नू सहना पिया तुसी अंदाजा नहीं ला सकते। इस नीवे पद्धर की सियासत का भावें सच्चे पातशाह ने उन्हां नू सबक सिखाता जिन्हां ने कीती है, मगर उहदा फायदा की है? विचारधारक मतभेद नू परसनलाइज्ड बना के इस तरीके की सोच रखनी, मैं समझदा ये पॉलिटिक्स वास्ते, पंजाब वास्ते भी इहदा कोई भला नहीं है। भरावा ना काला ना काला पै, मैं अज तो बार बार कह रहा थोड़ा भाई धन्यवाद, कितने मैं लगता थोड़ी अरदास भी लगी आ ਜਿਹੜਾ ਮਜੀਠੀਏ ਨੂੰ ਇੱਕ ਲੀਗਲ ਬੈਟਲ ਜਿੱਤੀ ਆ ਤੇ ਅੱਗੇ ਵੀ ਲੀਗਲ ਬੈਟਲ ਹੈ ਕਿਉਂਕਿ ਟ੍ਰਾਇਲ ਚੱਲੇਗਾ ਕੋਰਟ ਦੇ ਵਿੱਚ। ਇਸ ਤਰ੍ਹਾਂ ਹੈ 8 ਮਹੀਨੇ ਹੋ ਗਏ ਜੀ ਅੱਜ ਹਾਈ ਕੋਰਟ ਦੀ, ਮੈਂ ਤਾਂ ਨਹੀਂ ਪੂਰੀ ਆਬਜ਼ਰਵੇਸ਼ਨ ਪੜ੍ਹੀ ਹੈ ਮਗਰ ਜੋ ਮੋਟਾ ਮੋਟਾ ਮੇਰੇ ਵਕੀਲ ਸਾਹਿਬ ਨੇ ਦੱਸਿਆ 8 ਮਹੀਨਿਆਂ 'ਚ ਕੁਛ ਸਬੂਤ ਤਾਂ ਰੱਖ ਦੇ। ਇਹ ਜਿਹੜੀ ਕਿਹੜਾ ਕੱਢੀਆਂ ਗਈਆਂ ਨੇ ਨਾ ਬਾਏ ਇੱਕ ਦੋ ਅਫਸਰਾਂ ਨੇ, ਚਾਹੇ ਮੇਰਾ ਰਿਸ਼ਤੇਦਾਰ ਵੀ ਆ ਉਹਦੇ 'ਚ, ਚਾਹੇ ਮੇਰੇ ਸਿਆਸੀ ਵਿਰੋਧੀ ਵੀ ਨੇ, ਲੱਭਿਆ ਕੀ ਉਹਨਾਂ ਨੂੰ? ਵੇਖੋ ਮੈਨੂੰ ਅੱਜ ਤੱਕ ਸਿਰਫ ਉਸ ਮਾਲਕ ਦਾ ਜਿਹਨੇ ਇਸ ਨਾਚੀਜ਼ ਨੂੰ ਆਪਣੇ ਦਾਸ ਦੂਈ ਆਪਦੇ ਕੁੱਕਰ ਦੀ, ਆਪਣੇ ਗੋਲੇ ਦੀ, ਆਪਣੇ ਚੇਲੇ ਦੀ ਲਾਜ ਰੱਖੀ, ਉਹਨਾਂ ਮਾਲਕ ਦਾ, ਸੱਚੇ ਪਾਤਸ਼ਾਹ ਦਾ ਧੰਨਵਾਦ ਹੈ। ਉਹਨਾਂ ਦੇ ਚਰਨ ਪਰਸ ਕੇ ਮੈਂ ਕੋਟਨ ਕੋਟ ਧੰਨਵਾਦ ਕਰਦਾ। ਪਹਿਲਾਂ ਤਾਂ ਜਾ ਕੇ ਆਪਦੇ ਨਿਆਣਿਆਂ ਨੂੰ ਜੱਫੀ ਪਾਉਣੀ, ਆਪਦੀ ਮਾਤਾ ਦਾ ਅਤੇ ਬਜ਼ੁਰਗ ਨੂੰ ਚਰਨ ਪਰਸ ਕੇ ਘੁੱਟ ਕੇ ਜੱਫੀ ਪਾਉਣੀ ਆ, ਅਤੇ ਫਿਰ ਗੁਰੂ ਦੀ ਸੰਗਤ ਦਾ। ਮੇਰੇ ਲਈ ਬੜੀਆਂ ਅਰਦਾਸਾਂ ਕੀਤੀਆਂ ਨੇ ਉਹਨਾਂ ਮਾਵਾਂ ਭੈਣਾਂ ਦੇ, ਸਭ ਦੇ ਕੋਲ ਜਾ ਕੇ ਉਹਨਾਂ ਦਾ ਧੰਨਵਾਦ। ਹਾਂਜੀ ਜਿਹਨੇ ਪਰਚਾ ਕਰਾਇਆ ਨਾ ਉਹ ਮੁੜਿਆ ਅਮਰੀਕਾ ਤੋਂ, ਦੋਵੇਂ ਹਲਕਿਆਂ ਚੋਂ ਸੀਟ ਹਰ ਗਿਆ ਆ, ਕਦੇ ਇਤਿਹਾਸ ਨਵਾਂ ਬਣਾਤਾ, ਕਦੇ 16 ਚੀਫ ਮਿਨਿਸਟਰ ਨਹੀਂ ਹਰਿਆ ਆਪਦੀ ਕੁਰਸੀ, ਦੋ ਹਲਕਿਆਂ ਦੇ 30-30 ਹਜ਼ਾਰ ਤੇ ਵਿਹਲੇ ਹੋ ਗਏ ਆ। ਉਹ ਭਾਈ ਸਾਹਿਬ ਆਉਣ ਤਾਂ ਵਾਪਸ, ਮੈਂ ਤਾਂ ਕਹਿੰਦਾ ਅਸੀਂ ਤਾਂ ਜੇਲ੍ਹ 'ਚੋਂ ਵੀ ਮੁੜੇ ਆਏ, ਉਹ ਅਮਰੀਕਾ ਤੋਂ ਨਹੀਂ ਮੁੜਿਆ ਹਲੇ ਤੱਕ, ਉਹਨੂੰ ਕਾਹਦਾ ਡਰ ਸਟਾਉਣ ਡਿਆ? ਮਤਲਬ ਜਿਨ੍ਹਾਂ ਨੇ ਇਹ ਡਰਾਮਾ ਰਚਿਆ ਉਹ ਚੱਟੋਬਾਜ਼ਿਆ ਕਿੱਥੇ ਆ, ਉਹ ਅਫਸਰ ਕਿੱਥੇ ਨੇ? ਇਸ ਲਈ ਮੈਂ ਬਾਅਦ 'ਚ ਆਰਾਮ ਨਾਲ ਗੱਲ ਕਰੂੰਗਾ, ਅੱਜ ਕੋਈ ਇਹ ਜੀ ਗੱਲ ਨਾ, ਤੁਸੀਂ ਖੜਤਾ ਜਾਓ, ਮੈਨੂੰ ਸਾਹ ਸੂਹ ਤਾਂ ਲੈ ਲੈਣ ਦਿਓ, ਮਾੜਾ ਜਿਹਾ ਰੂਬਰੂ ਤੁਹਾਡੇ ਹੋ ਲੈਣ ਦਿਓ, ਫਿਰ ਹੌਲੀ ਹੌਲੀ ਗੱਲ ਕਰੋ। ਹਾਂਜੀ ਮਹਾਰਾਜ ਜੀ, ਹਾਲੇ ਤਾਂ ਲੋਕਾਂ ਦਾ ਧੰਨਵਾਦ ਹੈ। ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਮੈਂ 2 ਦਿਨ ਗਿਆ ਮਜੀਠੇ ਸਿਰ, 2 ਦਿਨ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ ਐਡੀ ਹਵਾ ਹਨੇਰੀ ਵਗਦੀ ਸੀ ਇੱਕ ਪਾਰਟੀ ਦੀ, ਫਿਰ ਵੀ ਮੇਰੀ ਧਰਮ ਪੱਤਰੀ ਨੂੰ ਮੇਰੀ ਬੇਨਤੀ ਉੱਤੇ ਮੇਰੇ ਹਲਕੇ ਦੇ ਲੋਕਾਂ ਨੇ, ਮਜੀਠੇ ਨੇ 26,000 ਵੋਟਾਂ ਨਾਲ ਉਹਨੂੰ ਜਿਤਾਇਆ। ਓਪੋਜੀਸ਼ਨ ਮੈਂਬਰ ਜਿੰਨੇ ਬਹਿੰਦੇ ਸਭ ਤੋਂ ਵੱਧ ਵੋਟਾਂ 'ਤੇ ਉਹ ਜਿੱਤੀ ਆ, ਅਤੇ ਮੈਨੂੰ ਪਾਰਟੀ ਦਾ ਜੋ ਹੁਕਮ ਹੋਇਆ ਸੀ ਕਿ ਕਾਂਗਰਸ ਦੇ ਪ੍ਰਧਾਨ ਨੂੰ ਵਿਹਲਾ ਕਰਨਾ, ਭਾਵੇਂ ਉਹ ਸਾਡੀ ਆਮ ਆਦਮੀ ਪਾਰਟੀ ਦੀ ਸਾਡੀ ਭੈਣ ਜੀਵਨ ਜੋਤ ਕੌਰ ਜਿੱਤੀ, ਉਹਨਾਂ ਨੂੰ ਵਧਾਈ ਆ, ਮਗਰ ਮੇਰਾ ਵੀ ਪੂਰਾ ਯੋਗਦਾਨ ਰਿਹਾ। ਅਤੇ ਰੱਬ ਦੇ ਰੰਗ ਵੇਖੋ, ਨਾਲ ਦੀ ਕੰਧ ਦੇ ਕੰਧ ਨਾਲ ਜੁੜਿਆ ਬੈਠਿਆ ਸੀ ਉੱਥੇ। ਮੈਂ ਤਾਂ ਇਕੱਲਾ ਅੰਡਰ ਟ੍ਰਾਇਲ ਹੀ ਸੀ, ਉਹ ਤਾਂ ਪੱਕਾ ਹੀ ਮੋਹਰ ਲਵਾ ਕੇ ਆਇਆ, ਗਿਲਟੀ ਕਨਵਿਕਟਡ ਫਾਰ ਮਰਡਰ। ਇਸ ਲਈ ਮੈਂ ਉਹਦੇ ਲਈ ਵੀ ਸੁੱਖ ਮੰਗਦਾ, ਉਹ ਬੜਾ ਔਖਾ ਅੰਦਰ ਮੇਰਾ ਵੀਰ, ਉਹਨੂੰ ਗਰਮੀ ਵੀ ਲੱਗਦੀ ਹੈ। ਅੱਜ ਨਹੀਂ ਦੱਸਣਾ ਤੁਹਾਨੂੰ ਐਕਸਪੀਰੀਅੰਸ ਆਏ ਨਾ, ਅੱਜ ਨਹੀਂ ਕੁਛ ਤੁਹਾਨੂੰ ਹੋਰ ਦੱਸਣਾ, ਅੱਜ ਲਈ ਇੰਨਾ, ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ।